ਸਰ ਜਿਹੜੇ ਅੱਜ ਪੰਜ ਬੰਦੇ ਅੱਤਵਾਦੀ ਪੇਸ਼ ਕੀਤੇ ਗਏ ਅਦਾਲਤ ਦੇ ਵਿੱਚ ਕਿੰਨੇ ਦਿਨ ਦਾ ਰਿਮਾਂਡ ਮਿਲਿਆ ਤੇ ਕੀ ਮੰਗ ਕੀਤੀ ਸਰ ਤੁਸੀਂ? ਹਾਂਜੀ ਹਾਂਜੀ ਇਹਨਾਂ ਦਾ ਜਿਹੜਾ ਅਸੀਂ ਆਪਣਾ 8 ਦਿਨ ਦੀ ਅਸੀਂ ਪੁਲਿਸ ਰਿਮਾਂਡ ਦੀ ਡਿਮਾਂਡ ਕੀਤੀ ਸੀਗੀ ਤੇ ਜੋ ਮਾਨਯੋਗ ਜੱਜ ਸਾਹਿਬ ਨੇ ਇਹਨਾਂ ਦਾ ਜਿਹੜਾ ਸਾਨੂੰ 5 ਦਿਨ ਦਾ ਪੁਲਿਸ ਰਿਮਾਂਡ ਦੇ ਕੇ ਤੇ ਸਾਡੇ ਦੋਸ਼ੀਆਂ ਨੂੰ ਹਵਾਲੇ ਕੀਤਾ ਤੇ ਇਹਦੇ ਬਾਰੇ ਅਸੀਂ ਜਿਹੜਾ ਕੁਝ ਵੱਖ ਵੱਖ ਪਹਿਲੂਆਂ ਦੇ ਉੱਤੇ ਜਿਹੜੇ ਤਫਤੀਸ਼ ਦਾ ਮਤਲਬ ਹਿੱਸਾ ਨੇ ਉਹ ਅਸੀਂ ਪੂਰੀ ਤਰ੍ਹਾਂ ਦੱਸ ਨਹੀਂ ਸਕਦੇ ਤੇ ਜੋ ਇਹਨਾਂ ਨੇ ਮੰਨਿਆ ਹੈ ਉਹ ਚੀਜ਼ਾਂ ਕੁਝ ਬਰਾਮਦ ਕਰਨੀਆਂ ਨੇ ਤੇ ਕੁਝ ਹੋਰ ਵੀ ਜਿਹੜੇ ਆ ਤੱਥ ਸਾਹਮਣੇ ਲਿਆਉਣੇ। ਤੁਸੀਂ 5 ਦਿਨ ਦਾ ਤੁਹਾਨੂੰ ਪਹਿਲਾਂ ਵੀ ਰਿਮਾਂਡ ਦਿੱਤਾ ਗਿਆ ਸੀ ਉਸ ਦੌਰਾਨ ਕੁਝ ਬਰਾਮਦੀ ਹੋਈ ਇਹਨਾਂ ਦੋ ਅੱਤਵਾਦੀਆਂ ਕੋਲੋਂ ਕੋਈ? ਹਾਂਜੀ ਹਾਂਜੀ ਕੋਈ ਨਾ ਕੋਈ ਬਰਾਮਦੀ ਹੋਈ ਆ ਜਿਹੜਾ ਅਸੀਂ ਪੂਰੀ ਤਰ੍ਹਾਂ ਜਨਤਕ ਤੌਰ ਤੇ ਨਹੀਂ ਅਜੇ ਦੱਸ ਸਕਦੇ ਤੇ ਕਾਫੀ ਉਹਦੇ ਵਿੱਚ ਜਿਹੜੀ ਸਾਡੀ ਪ੍ਰੋਗਰੈਸ ਹੋਈ। ਇੱਕ ਹੋਰ ਦੋਸ਼ੀ ਦਾ ਨਾਂ ਆ ਰਿਹਾ ਜੀ ਭਖਾਰੀ ਦਾ, ਉਹਨੂੰ ਕੋਈ ਪ੍ਰੋਟੈਕਸ਼ਨ ਵਾਰੰਟ ਦੀ ਮੰਗ ਕੀਤੀ ਗਈ ਹੋਵੇ ਜਾਂ ਉਹਨੂੰ ਲਿਆਉਣ ਬਾਰੇ ਕੋਈ ਪ੍ਰੋਸੈਸ ਚੱਲ ਰਿਹਾ? ਹਾਂਜੀ ਉਹਨਾਂ ਨੂੰ ਵੀ ਅਸੀਂ ਪ੍ਰੋਟੈਕਸ਼ਨ ਵਾਰੰਟ ਤੇ ਦਿੱਲੀ ਤੋਂ ਲੈ ਕੇ ਆਵਾਂਗੇ ਪਰ ਅਜੇ ਉਹ ਜਿਹੜਾ ਵਾ ਮਤਲਬ ਸਪੈਸ਼ਲ ਬ੍ਰਾਂਚ ਦਿੱਲੀ ਦੇ ਹਵਾਲੇ ਆ ਉਹਨਾਂ ਦਾ ਰਿਮਾਂਡ ਤੇ ਚੱਲ ਰਿਹਾ।